Yeah. जिस घड़ी कहते मोहम्मद कुल हो वल्ला हो अहद, सुन के फरमाते अली क्या शान है अल्लाहु समद। लम यलिद कहते हसन, वलम युलद कहते हुसैन, फातिमा कहती वलम यकुल्लहू कुफ़ुवन अहद। मालिकुल मुल्क ला शरीक लहू। वहदहू ला इलाहा इल्लाहू, आशिका आशिका जानो दिल
ਆਸ਼ਿਕਾਂ ਜਾਨੋ ਦਿਲ ਨਿਸਾਰ ਕੁਨਦ ਸੱਚੀ ਪ੍ਰੀਤ ਪਤੰਗਾਂ ਵਾਲੀ ਸੱਚੀ ਪ੍ਰੀਤ ਪਤੰਗਾਂ ਵਾਲੀ ਸ਼ਮਾ ਜਲੀਆ ਟੁੱਕੇ ਫਿਰ ਨਾ ਮੁੜ ਕੇ ਜਾਵਣ ਜੋਗੇ ਲਾਟ ਉੱਤੇ ਹੀ ਮਰ ਚੁੱਕੇ ਆਸ਼ਿਕਾਂ 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 ਫਰਮਾਨ ਹੈ ਕੁਰਾਨ ਮਜੀਦ ਵਫਦਈ ਨਹੂ ਬੇਜ਼ਬਹਿਨ ਅਦੀ ਵਤ ਰਖਨਾ ਅਲੇਹ ਫਿਲਾਖਰੀ ਸਲਾਮੁਨ ਅਲਾ ਇਬਰਾਹੀਮ ਆਸ਼ਿਕਾਂ ਜਾਨੋ ਦਿਲ ਨਿਸਾਰ ਕੁਨਦ ਅੱਲਾ ਜੀ ਦਾ ਫਿਰ ਫਰਮਾਨ ਹੈ ਇਨਨਾ ਅੱਲਾਹ ਇਸਤਰਾ ਮਿਨਲ ਮੂਮਿਨੀਨਾ ਅਨਫੁਸਹੁਮ وَأَمْوَالَهُمْ بِأَنَّ لَهُمُ الْجَنَّةَ يُقَاتِلُونَ فِي سَبِيلِ اللَّهِ فَيَقْتَلُونَ وَيُقْتَلُونَ اللہ فرماتا ہے میں سودا کر بیٹھا ਮੈਂ ਕਿਹਾ ਕਿਹਨਾਂ ਨਾਲ ਅੱਲਾਹ ਦਾ ਮੋਮਨਾਂ ਨਾਲ ਮੈਂ ਕਿਹਾ ਸੌਦਾਗਰ ਦਾ ਅੱਲਾਹ ਦਾ ਜੰਨਤ ਦਾ ਮੈਂ ਕਿਹਾ ਸੌਦੇ ਵਿੱਚ ਕੁਝ ਦੇਈਦਾ ਕੁਝ ਲਈਦਾ ਵੀ ਹੈ ਅੱਲਾਹ ਫਰਮਾਉਂਦਾ ਹੈ ਦੇ ਬੈਠਾ ਜੰਨਤ ਅਤੇ ਮੋਮਨਾਂ ਕੋਲੋਂ ਕੀ ਲਿਆ ਅਨਫੁਸਹੁਮ ਮੈਂ ਉਨਸੇ ਜਾਣੇ ਲਈ ਵਾਮ ਵਾਲਾਹੁਮ ਔਰ ਉਨਸੇ ਮਾਲ ਲਿਆ ਮੈਂ ਕਿਹਾ ਅੱਲਾਹ ਉਹਨਾਂ ਮੋਮਨਾਂ ਦੀ ਪਹਿਚਾਣ ਕੀ ਹੈ ਅੱਲਾਹ ਫਰਮਾਉਂਦਾ ਉਹ ਮੇਰੇ ਵਾਸਤੇ ਕਤਲ ਕਰਦੇ ਵੀ ਨੇ ਅਤੇ ਮੇਰੀ ਰਾਹ 'ਤੇ ਖੁਦ ਵੀ ਸ਼ਹੀਦ ਹੋ ਜਾਂਦੇ ਨੇ ਉਹ ਪਹਿਲੇ ਮੋਮਨ ਦਾ ਮੈਂ ਕਲਾਮ ਪੇਸ਼ ਕਰ ਰਿਹਾ ਕਿ ਜਿਨ੍ਹਾਂ ਨਾਲ ਅੱਲਾਹ ਨੇ ਸੌਦਾ ਕੀਤਾ ਉਸ ਪਹਿਲੇ ਮੋਮਨ ਦਾ ਕਲਾਮ ਪੜ੍ਹ ਰਿਹਾ ਜਿਨ੍ਹਾਂ ਦਾ ਨਾਮ ਹੈ ਸਰਕਾਰ ਅਬੂ ਤਾਲਿਬ ਅਲੈਹ ਸਲਾਮ ਉਹਨਾਂ ਦੀ ਸ਼ਾਨ ਵਿੱਚ ਨਹੀਂ ਪੜ੍ਹ ਰਿਹਾ ਉਹਨਾਂ ਦਾ ਲਿਖਿਆ ਪੜ੍ਹ ਰਿਹਾ ਕਲਾਮ
ਆਸ਼ਿਕਾਂ ਜਾਨੋ ਦਿਲ ਨਿਸਾਰ ਖੁਰਦ। ਅਬੂ ਤਾਲਬ ਸਰਕਾਰ ਨੂੰ ਜਦੋਂ ਨੀਂਦ ਆਉਣੀ ਨਾ, ਲਓ ਜੀ ਮੇਰੇ ਫਿਕਰੇ ਵੱਲ ਗੌਰ ਹੋਵੇ। ਅਬੂ ਤਾਲਬ ਸਰਕਾਰ ਨੂੰ ਜਦੋਂ ਨੀਂਦ ਆਉਣੀ ਤੇ ਜਾਗਣ ਵਾਸਤੇ ਅੱਖਾਂ ਵਿੱਚ ਲੂਣ ਪਾ ਲੈਣਾ ਕਿ ਕਿਧਰੇ ਅੱਖ ਨਾ ਲੱਗ ਜਾਏ। ਨਬੀ ਅਲੈਹਿ ਸਲਾਤੁ ਵਸਲਾਮ ਦੀ ਜਦੋਂ ਆਮਦ ਹੋਈ ਨਾ ਤੇ ਸੈਯਦਾ ਤਾਹਿਰਾ ਮਾਸੂਮਾ ਮੁਅਜ਼ਮਾ ਆਮਿਨਾ ਪਾਕ ਆਪਣੇ ਆਪਣੀ ਖਾਦਮਾ ਨੂੰ ਫਰਮਾਇਆ, ਜਾਓ ਇਹਨਾਂ ਦੇ ਦਾਦਾ ਜੀ ਨੂੰ ਪੈਗਾਮ ਦਿਓ। ਤੇ ਖਾਦਮਾ ਨੇ ਅਰਜ਼ ਕੀਤੀ, ਇਹਨਾਂ ਦੇ ਦਾਦਾ ਜੀ ਹੋਣਗੇ ਕਿੱਥੇ? ਤੇ ਪਾਕ ਸੈਯਦਾ ਨੇ ਫਰਮਾਇਆ, ਬੈਤੁੱਲਾ ਵਿੱਚ। ਖਾਦਮਾ ਦੌੜ ਕੇ ਆਈ, ਆ ਕੇ ਅਰਜ਼ ਕੀਤੀ, ਯਾ ਸੈਯਦ ਮੱਕਾ, ਅੱਲਾ ਨੇ ਤੁਹਾਡੇ ਪਾਕ ਬੇਟੇ ਦੇ ਘਰ ਵਿੱਚ ਪਾਕ ਬੇਟਾ ਨਾਜ਼ਲ ਫਰਮਾਇਆ, ਨਾਜ਼ਲ ਫਰਮਾਇਆ। ਸੈਯਦ ਮੱਕਾ ਨੇ, ਹਜ਼ਰਤ ਅਬਦੁਲ ਮੁਤਲਬ ਸਰਕਾਰ ਨੇ ਫੌਰੀ ਅੱਲਾ ਦਾ ਸੈਯਦਾ ਸ਼ੁਕਰ ਅਦਾ ਕੀਤਾ। ਆਪਨੇ ਦੁਆ ਫਰਮਾਈ, ਮਾਲਕ ਦਾ ਸੈਯਦਾ ਸ਼ੁਕਰ ਕਰਕੇ ਅਬਦੁਲ ਮੁਤਲਬ ਸਰਕਾਰ ਨੇ ਅੱਲਾ ਦੇ ਹਜ਼ੂਰ ਸ਼ੁਕਰ ਕਰਕੇ ਆਖਿਆ, ਯਾ ਅੱਲਾ ਤੇਰਾ ਸ਼ੁਕਰ ਹੈ ਕਿ ਦੁਆਏ ਖਲੀਲ ਦਾ ਸਮਰ ਆ ਗਿਆ। ਅਬਦੁਲ ਮੁਤਲਬ ਸਰਕਾਰ ਦੌੜ ਕੇ ਆਪਣੇ ਘਰ ਆਏ, ਅੱਗੇ ਪਾਕ ਸੈਯਦਾ ਦੀ ਗੋਦ ਵਿੱਚ ਸੈਯਦੁਲ ਅੰਬੀਆ। ਹੁਣ ਪਾਕ ਬੀਬੀ ਨੇ ਕਿ ਫੇਸ ਰੀਡਿੰਗ ਕੀਤੀ ਹੈ ਸੈਯਦ ਮੱਕਾ ਦੀ, ਕਿ ਇਹਨਾਂ ਨੂੰ ਬੜੀ ਸੌੜ ਹੈ ਵੇਖਣ ਦੀ, ਇਹਨਾਂ ਨੂੰ ਬੜੀ ਜਲਦੀ ਹੈ ਵੇਖਣ ਦੀ। ਤੇ ਪਾਕ ਬੀਬੀ ਨੇ ਚਿਹਰੇ ਤੋਂ ਹਜਾਬ ਹਟਾਇਆ। ਅਬਦੁਲ ਮੁਤਲਬ ਸਰਕਾਰ ਨੇ ਵੇਨੇ ਆਪਨੇ ਫਰਮਾਇਆ, ਵਜਹੁੱਲਾ ਅਬਦੁਲ ਮੁਤਲਬ ਸਰਕਾਰ ਦੇ ਪੈਰ ਉੱਠਣੇ ਸ਼ੁਰੂ ਹੋ ਗਏ ਜ਼ਮੀਨ ਤੋਂ। ਇੱਕ ਕਦੀ ਪੈਰ ਚੁੱਕ ਲੈਂਦੇ ਨੇ, ਕਦੀ ਤਰ ਲੈਂਦੇ ਨੇ, ਤੇ ਲੈ ਵਿੱਚ ਲਓ ਜੀ ਇਹ ਬੋਤਲਾਂ ਛੱਡ ਕੇ ਜ਼ਰਾ ਬਹਿ ਜਾਓ। ਲੈ ਵਿੱਚ ਪੈਰ ਉੱਠਣੇ ਸ਼ੁਰੂ ਹੋ ਗਏ। ਇਹਨੂੰ ਕਹਿ ਲਓ ਹਜ਼ੂਰ ਦੀ ਆਮਦ ਦੀ ਖੁਸ਼ੀ ਵਿੱਚ ਆਪਨੇ ਰਕਸ ਫਰਮਾਇਆ। ਅਬਦੁਲ ਮੁਤਲਬ ਸਰਕਾਰ ਨੇ
ਅਬਦੁਲ ਮੁਤਲਬ ਸਰਕਾਰ ਨੇ ਪਾਕ ਆਮਿਨਾ ਦੀ ਗੋਦ ਵਿੱਚ ਸੈਯਦ ਉਲ ਅੰਬੀਆ ਨੂੰ ਦਿੱਤਾ ਤੇ ਅਬੂ ਤਾਲਬ ਸਰਕਾਰ ਨੇ ਚੁੱਕ ਲਿਆ। ਅਬੂ ਤਾਲਬ ਸਰਕਾਰ ਨੇ ਰੁਖੇ ਮੁਸਤਫਾ ਦੇ ਬੋਸੇ ਲੈਣੇ ਸ਼ੁਰੂ ਕੀਤੇ ਤੇ ਜਿਹੜੇ ਸਰਕਾਰ ਨੇ ਫਿਕਰੇ ਫਰਮਾਏ ਨੇ ਉਹ ਮੈਂ ਪੇਸ਼ ਕਰ ਰਿਹਾ। ਆਪ ਫਰਮਾਉਂਦੇ ਨੇ ਮਲੀਕੁਨ ਨਾਸ ਲੈ ਸਲਾਹੂ ਸ਼ਰੀਕੁਨ, ਮਲੀਕੁਨ ਨਾਸ ਲੈ ਸਲਾਹੂ ਸ਼ਰੀਕੁਨ, ਵਲ ਵਹਾਬ ਉਲ ਮੁਬਦੀ ਉਲ ਮੁਈਦ। ਹੁਣ ਜ਼ਰਾ ਫਿਕਰੇ ਆਉਂਦੀ ਮਾਨੇ ਵੱਲ ਗੌਰ ਕਰਨਾ। ਆਪ ਫਰਮਾਉਂਦੇ ਨੇ ਰੋਸ਼ਨ ਚਿਹਰੇ ਵਾਲਿਆ ਤੈਨੂੰ ਬਣਾਉਣ ਵਾਲਾ ਵਾਕੇ ਲਾ ਸ਼ਰੀਕ ਹੈ, ਮਲੀਕੁਨ ਨਾਸ ਲੈ ਸਲਹੂ ਸ਼ਰੀਕੁਨ। ਮਲੀਕੁਨ ਨਾਸ ਲੈ ਸਲਹੂ ਸ਼ਰੀਕੁਨ, ਵਲ ਵਹਾਬ ਉਲ ਮੁਬਦੀ ਉਲ ਮੁਈਦ। ਵਮਨ ਤਹਿਤ ਸਮਾ ਲਹੂ ਬੇਹੱਕੇ, ਵਮਨ ਫੌਕ ਸਮਾ ਲਹੂ ਅਬੀਦੂ। ਆ ਫਰਮਾਉਂਦੇ ਨੇ ਆਸਮਾਨਾਂ ਤੋਂ ਥੱਲੇ ਰਹਿਣ ਵਾਲੀਆਂ ਚੀਜ਼ਾਂ ਤੁਹਾਡੀ ਆਉਣ ਦੀ ਖੁਸ਼ੀਆਂ ਕਰ ਰਹੀਆਂ ਨੇ। ਵਮਨ ਫੌਕ ਸਮਾ, ਆਸਮਾਨਾਂ ਤੋਂ ਉੱਤੇ ਰਹਿਣ ਵਾਲੀਆਂ ਚੀਜ਼ਾਂ ਵੀ ਤੁਹਾਡੀ ਆਮਦ ਦੀ ਖੁਸ਼ੀ ਮਨਾ ਰਹੀਆਂ ਨੇ। ਸਾਡਾ ਸਾਰਿਆਂ ਦਾ ਇਮਾਨ ਹੈ, ਨਬੀ ਅਲੈਹਿ ਸਲਾਤੁ ਵਸਲਾਮ ਨੇ 40 ਸਾਲ ਤੋਂ ਬਾਅਦ ਐਲਾਨ ਫਰਮਾਇਆ ਕਿ ਮੈਂ ਅੱਲਾਹ ਦਾ ਨਬੀ ਹਾਂ। ਕਿਉਂ ਜੀ ਐਸਾ ਹੀ ਹੈ? ਅਤੇ ਅਬੂ ਤਾਲਬ ਸਰਕਾਰ ਨੇ ਜਿਹੜਾ ਆਪ ਨੂੰ ਸੈਯਦਾ ਦੀ ਗੋਦ ਵਿੱਚ ਵੇਖ ਕੇ ਫਿਕਰਾ ਫਰਮਾਇਆ ਨਾ, ਉਹ ਹੁਣ ਤੇਰਾ ਬੜਾ ਕਾਬਲੇ ਗੌਰ ਹੈ। ਆਪ ਫਰਮਾਉਂਦੇ ਨੇ ਅੰਤਰ ਨਬੀ ਯੂ ਮੁਹੰਮਦ, ਅੰਤਰ ਨਬੀ ਯੂ ਮੁਹੰਮਦ, ਕਰਮੋ ਨਗਰ ਮੁਸਵਦ। ਆਂਦਨੇ ਸੋਹਣਿਆ ਤੂੰ ਤੇ ਮਾਂ ਦੀ ਗੋਦ ਵਿੱਚ ਹੀ ਨਬੀ ਹੈ, ਕਿਉਂਕਿ ਮਾਸੂਮ ਆ ਕੇ ਮਾਸੂਮ ਨਹੀਂ ਹੁੰਦਾ। ਮਾਸੂਮ ਮਾਂ ਦੀ ਗੋਦ ਵਿੱਚ ਵੀ ਮਾਸੂਮ ਹੁੰਦਾ ਹੈ, ਆਉਣ ਤੋਂ ਪਹਿਲੇ ਵੀ ਮਾਸੂਮ ਹੁੰਦਾ ਹੈ, ਹਰ ਵੇਲੇ ਮਾਸੂਮ ਹੁੰਦਾ ਹੈ। ਆਪ ਫਰਮਾਉਂਦੇ ਨੇ ਅੰਤ ਨਬੀ ਯੂ ਮੁਹੰਮਦ, ਕਰਮੋਨ ਅਗਰ ਮੁਸਵਦੂ ਲੇ ਮੁਸਵਦੀ ਨਾ ਕਾਰ ਮਿਨ ਤਾਬੂ ਅਤਾਬਲ ਮੌਲਦੂ। ਆ ਫਰਮਾਉਂਦੇ ਨੇ ਤੁਸੀਂ ਤੇ ਸਾਰਿਆਂ ਸਰਦਾਰਾਂ ਦੇ ਸਰਦਾਰ ਹੀ ਪੈ ਲੱਗਦੇ ਹੋ।
ਅੱਗੇ ਸਰਕਾਰ ਅਬੂ ਤਾਲਿਬ ਅਲੈਹਿ ਸਲਾਤ ਵਸਲਾਮ ਨੇ ਆਪਨੇ ਫਰਮਾਇਆ ਤੁਹਾਡਾ ਸ਼ਜਰਾ ਬਿਲਕੁਲ ਖਾਲਸ ਹੈ, ਨਿਮਲਾ ਰੂਮਤ ਵਸਲੋਹਾ ਨਿਮਲਾ ਰੂਮਤ ਵਸਲੋਹਾ ਆਂਦੇ ਨੇ ਅਗਰ ਤੁਹਾਡੇ ਕੋਈ ਸ਼ਜਰੇ ਦੀ ਮੇਰੇ ਕੋਲੋਂ ਦਲੀਲ ਤਲਬ ਕਰੇ ਤੇ ਮੈਂ ਅੱਗੇ ਕੀ ਪੇਸ਼ ਕਰਾਂ, ਅਮਰੁਲ ਖਿਦਮ ਮਲ ਔਹਦੂ, ਮੈਂ ਸਰਕਾਰ ਅਮਰ ਹਜ਼ਰਤ ਹਾਸ਼ਮ ਦੀ ਸਖਾਵਤ ਨੂੰ ਅੱਗੇ ਪੇਸ਼ ਕਰਾਂਗਾ। ਹਾਸ਼ਮੀ ਚੰਨ ਸੋਹਣਿਆ ਆਹ
ਜ਼ਰਾ ਜ਼ਰਾ ਤੇਰੀ ਰੋਸ਼ਨੀ ਕਹੇ ਆਸਮੀ ਚੰਨ
ਆਸਮੀ ਚੰਨ ਮਾਇਆ, ਆਸਮੀ ਚੰਨ ਮਾਇਆ, ਤੇਰੀਆਂ ਦੋ ਜਗ ਦੇਵ ਸੁਣਾਈਆਂ, ਆਸਮੀ ਚੰਨ ਮਾਇਆ, ਤੇਰੀਆਂ ਦੋ ਜਗ ਦੇਵ ਸੁਣਾਈਆਂ, ਆਸਮੀ ਚੰਨ ਮਾਇਆ, ਤੇਰੀ ਸ਼ਾਨ ਦੀਆਂ, ਤੇਰੀ ਸ਼ਾਨ ਦੀਆਂ, ਖਤਮ ਨਾ ਹੋਣ ਤੇ ਆਈਆਂ, ਨਬੀਆਂ ਇਬਾਦਤਾਂ ਕੀਤੀਆਂ, ਅੱਲਾ ਫਰਮਾਇਆ ਹਾਲੇ ਹੋਰ ਕਰੋ, ਬਾਤਾਂ ਹੋਰ ਕੀਤੀਆਂ, ਲਾ ਕੇ ਹਾਲੇ ਹੋਰ ਕਰੀ ਆਓ, ਤੇ ਸਾਡੇ ਸ਼ਹਿਰ ਸ਼ਹਿਰੋਂ ਕੀ ਅੱਲਾ ਨੇ ਫਰਮਾਇਆ, ਕੰਮ ਕਰੋ, ਯਾ ਅਯੂ ਹਲ ਮੁਜ਼ੰਮਿਲੋ ਕੋ ਬਿਲ ਲੈਲਾ ਇਲਾ ਕਲੀਲਾਂ ਨਿਸਫਹੁ, ਅੱਲਾ ਦੇ ਕਲੀਲ ਵਿੱਚੋਂ ਵੀ ਨਿਸਫ ਕਲੀਲਾਂ ਨਿਸਫਹੁ, ਤੇ ਕਲੀਲ ਆਂਦੇ ਨੇ ਥੋੜੇ ਨੂੰ, ਤੇ ਥੋੜੇ ਦਾ ਦਰਜਾ ਇੱਕ ਸੈਕਿੰਡ, ਤੇ ਸੈਕਿੰਡ ਦਾ ਵੀ ਇੱਕ ਦਰਜਾ, ਉਸ ਤੋਂ ਛੋਟਾ ਉਹਨੂੰ ਹੀਨ ਆਂਦੇ ਨੇ। ਅੱਲਾ ਦਾ ਸਾਰੀ ਰਾਤ ਮੈਂ ਜਾਗਿਆ ਕਰੋ, ਤੁਹਾਡੇ ਪੈਰਾਂ ਤੇ ਸੋਜਿਸ਼ ਆ ਜਾਂਦੀ ਹੈ, ਮੈਨੂੰ ਚੰਗੀ ਨਹੀਂ ਲੱਗਦੀ, ਇਸ ਪਿਆਰ ਤੋਂ ਵੱਧ ਕੋਈ ਪਿਆਰ ਵੀ ਨਹੀਂ, ਵਿੱਚ ਦੋ ਜਗ ਨਜ਼ਰੀ ਆਉਂਦਾ, ਇਸ ਪਿਆਰ ਤੋਂ ਵੱਧ ਕੋਈ ਪਿਆਰ ਵੀ ਨਹੀਂ, ਵਿੱਚ ਦੋ ਜਗ ਨਜ਼ਰੀ ਆਉਂਦਾ, ਅੱਲਾ ਫਰਮਾਉਂਦਾ ਮੈਨੇ ਹਬੀਬ ਮੈਨੇ ਤੁਹਾਰੇ ਜ਼ਿਕਰ ਕੋ ਬੁਲੰਦ ਕੀਆ, ਤੇ ਅੱਲਾ ਨੇ ਮੀਟਰ ਹੀ ਕੋ ਨਹੀਂ ਦੱਸਿਆ, ਕਿ ਤੋ ਮਾਲੂਮ ਹੋਇਆ ਜਿੰਨੇ ਅੱਲਾ ਜੀ ਆਪ ਨੇ ਬੁਲੰਦ, ਓਨਾ ਹੀ ਓਨਾ ਆਪਣੇ ਹਬੀਬ ਦੇ ਜ਼ਿਕਰ ਨੂੰ ਬੁਲੰਦ ਕਰ ਲਿਆ, ਤੇ ਜਿਹਦੇ ਜ਼ਿਕਰ ਦੀ ਬੁਲੰਦੀ ਦੀ ਸਮਝ ਨਹੀਂ ਆਉਂਦੀ, ਉਸ ਪਾਕ ਹਸਤੀ ਦੀ ਬੁਲੰਦੀ ਦੀ ਕਿਵੇਂ ਸਮਝ ਆਵੇ। ਮਹਿਬੂਬ ਨੂੰ ਰੱਬ ਫਰਮਾਇਆ, ਤੇਰਾ ਜ਼ਿਕਰ ਬੁਲੰਦ ਅਸਾਂ ਕੀਤਾ, ਤੇਰਾ ਜ਼ਿਕਰ ਬੁਲੰਦ ਅਸਾਂ ਕੀਤਾ, ਭਈ ਟਕਰਾ ਮਾਰੇ ਇਹ ਦੁਨੀਆ, ਭਈ ਟਕਰਾ ਮਾਰੇ ਦੁਨੀਆ, ਉਸ ਦੀ ਹੱਦ ਲੱਭਿਆ ਨਹੀਂ ਲੱਭਦੀ, ਤਰੀਫਾਂ ਤੇਰੀ ਸ਼ਾਨ ਦੀਆਂ, ਤਰੀਫਾਂ ਤੇਰੀ ਸ਼ਾਨ ਦੀਆਂ, ਤਰੀਫਾਂ ਤੇਰੀ ਸ਼ਾਨ ਦੀਆਂ,
ਯਾਦ ਦੀ ਆਇਤ ਦਾ ਮਨ ਪੇਸ਼ ਕਰ ਰਿਹਾ। ਅੱਲਾ ਫਰਮਾਉਂਦਾ ਮੇਰੇ ਮਹਿਬੂਬ ਕੋਲ ਆਉਣ ਵਾਲੇ ਹੋ, ਬਹਿਣ ਵਾਲੇ ਹੋ। ਅੱਲਾ ਫਰਮਾਉਂਦਾ ਮੇਰੇ ਮਹਿਬੂਬ ਤੋਂ ਉੱਚਾ ਨਾ ਕੋਈ ਗੋਇਆ ਜੇ, ਇੱਕ ਇਹਨਾਂ ਤੋਂ ਉੱਚਾ ਬੋਲਣਾ ਨਹੀਂ, ਇੱਕ ਇਹਨਾਂ ਤੋਂ ਅੱਗੇ ਨਹੀਂ ਟੁਰਨਾ। ਅੱਲਾ ਨੇ ਫਰਮਾਇਆ ਜਿਹਨੇ ਵੀ ਉੱਚਾ ਬੋਲਿਆ ਉਹਨੂੰ ਪਤਾ ਵੀ ਨਹੀਂ ਲੱਗਣਾ ਅਤੇ ਉਹਦੇ ਅਮਾਲ ਮੈਂ ਜ਼ਾਇਆ ਕਰ ਦੇਣੇ ਨੇ। ਹੈ ਅਦਬ ਦੀ ਜਾ ਮਹਿਬੂਬ ਮੇਰਾ, ਹੈ ਅਦਬ ਦੀ ਜਾ ਮਹਿਬੂਬ ਮੇਰਾ। ਉੱਚਾ ਕੋਈ ਉਲਾ ਸਕਦਾ ਨਹੀਂ, ਉੱਚਾ ਕੋਈ ਉਲਾ ਸਕਦਾ ਹੈ ਅਦਬ ਦੀ ਜਾ ਮਹਿਬੂਬ ਮੇਰਾ। ਮੇਰਾ ਹੈ ਅਦਬ ਦੀ ਜਾ ਮਹਿਬੂਬ ਮੇਰਾ ਹੈ ਅਦਬ ਦੀ ਜਾ ਮਹਿਬੂਬ ਮੇਰਾ ਹੈ।
قل ان كنتم تحبون الله فاتبعوني يحببكم الله ويغفر لكم ذنوبكم والله غفور رحيم اے ادب دی جا محبوب میرا جاءكم رسول من انفسكم عزيز عليه ما عنتم حريص عليكم بالمؤمنين رؤوف رحيم ہے ادب دی جا محبوب میرا Yeah.
ਕੋਈ ਉਲਾ ਸਕਦਾ ਨਹੀਂ, ਉੱਚਾ ਕੋਈ ਉਲਾ ਸਕਦਾ ਹੈ ਅਦਬ ਦੀ ਜਾ ਮਹਿਬੂਬ ਮੇਰਾ। ਕੋਈ ਉਲਾ ਸਕਦਾ ਨਹੀਂ, ਉੱਚਾ ਕੋਈ ਉਲਾ ਸਕਦਾ ਹੈ ਅਦਬ ਦੀ ਜਾ ਮਹਿਬੂਬ ਮੇਰਾ। ਗਾਹੇ ਆਸ਼ਿਕਾਂ ਅਦਬ ਦੀ ਜਾ ਮਹਿਬੂਬ ਮੇਰਾ। ਉੱਚਾ ਕੋਈ ਉਲਾ ਸਕਦਾ, ਉੱਚਾ ਕੋਈ ਉਲਾ ਸਕਦਾ ਇਹ ਪੁੱਲ ਕੋਈ ਐਡੀ ਵੱਡੀ ਏ, ਇਹ ਪੁੱਲ ਕੋਈ ਐਡੀ ਵੱਡੀ ਏ ਆਮਾਲ ਪਸਾਇਆ ਹੁੰਦੇ ਤਾਰੀ ਫਤੇ ਨਿਸ਼ਾਨ ਦੀਆਂ ਪੱਕ ਮੈਨੂੰ ਦਰ ਤੇਰਾ ਜਿੱਥੋਂ ਮੂੰਹ ਮੰਗੀ ਲੱਭਣੀ ਹੈ ਹਰ ਸ਼ਹਿਰ। ਮੈਂ ਹੋ ਕੇ ਤੇਰੀ ਆਲ ਦਾ ਰਵਾਂ, ਮੈਂ ਹੋ ਕੇ ਤੇਰੀ ਆਲ ਦਾ ਰਵਾਂ ਕਿਸ ਗੱਲ ਦਾ ਸਵਾਲ ਨਹੀਂ ਹਸਾਈਆਂ, ਇਸ ਗੱਲ ਦਾ ਸਵਾਲ ਨਹੀਂ ਹਸਾਈਆਂ, ਹੋ ਕੇ ਤੇਰੀ ਆਲ ਦਾ ਰਵਾਂ ਇਸ ਗੱਲ ਦਾ ਸਵਾਲ ਨਹੀਂ ਹਸਾਈਆਂ।